ਵੀਰੋ ਹੁਣੇ ਹੁਣੇ ਇੱਕ ਖਬਰ ਵੇਖੀ ਆ ਤੇ ਬੜਾ ਦੁੱਖ ਹੋਇਆ ਕਿ ਸਾਡੇ ਕੌਮ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜਾ ਅਸਤੀਫਾ ਦੇ ਗਏ ਨੇ ਕਿਉਂਕਿ ਕੁਛ ਘਟੀਆ ਲੋਕ ਘਟੀਆ ਬੰਦਿਆਂ ਨੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੀਆਂ ਬੱਚੀਆਂ ਬਾਰੇ ਉਹਨਾਂ ਦੀ ਜਾਤ ਪਾਤ ਬਾਰੇ ਬਹੁਤ ਕੁਛ ਲਿਖਿਆ ਔਰ ਮੈਂ ਉਹਨਾਂ ਦੀ ਸਪੀਚ ਸਾਰੀ ਸੁਣੀ ਤੇ ਬੜਾ ਮਨ ਨੂੰ ਦੁੱਖ ਹੋਇਆ ਕਾਹਦੀ ਸਾਡੀ ਕੌਮ ਦੇ ਜਥੇਦਾਰ ਨੇ ਇਹ ਸਾਡਾ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਹੀ ਅੱਜ ਜਥੇਦਾਰਾਂ ਨੂੰ ਇੱਥੋਂ ਤੱਕ ਕਹਿਣ ਲੱਗ ਪਿਆ ਕਿ ਦੱਲੇ ਤੇਰੀਆਂ ਕੁੜੀਆਂ ਨੰਗੀਆਂ ਕਰਾਂਗੇ ਤੇ ਮੈਂ ਸਮਝਦਾ ਕਿ ਦੁਰਲਾਣਤ ਆ ਤੁਹਾਡੇ ਅਕਾਲੀ ਦਲ ਵਾਲਿਓ ਅਸਲੀ ਦੱਲੇ ਤੁਸੀਂ ਹੋ ਹੁਣ ਸੁਣਿਓ ਫਿਰ ਜਿਹੜਾ ਦਿਲ ਦਿਮਾਗ ਆਪਦੇ ਠੰਡੇ ਦੇ ਨਾਲ ਜਥੇਦਾਰ ਜੀ ਨੇ ਤੁਹਾਡੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਤੁਹਾਡੇ ਸੋਸ਼ਲ ਮੀਡੀਆ ਦਾ ਜਿਹੜਾ ਵੱਡਾ ਦੱਲਾ ਜਿਹਨੇ ਤੁਹਾਡੀ ਜੜੀ ਤੇਲ ਦੇ ਕੇ ਰੱਖਤਾ ਤੁਹਾਡਾ ਬੇੜਾ ਭਾਗ ਰੱਖਤਾ ਤੁਹਾਨੂੰ ਅੰਨਿਆਂ ਕਰਕੇ ਰੱਖਤਾ ਅੱਜ ਉਹਦੇ ਨਤੀਜੇ ਤੁਸੀਂ ਭੁਗਤਣ ਦੇ ਤੁਸੀਂ ਉਹਦੇ ਤੁਹਾਨੂੰ ਜਥੇਦਾਰ ਫੈਸਲਾ ਨਹੀਂ ਸੁਣਾਉਂਦਾ ਕਾਹਦਾ ਤੁਹਾਨੂੰ ਜਥੇਦਾਰ ਫੈਸਲਾ ਸੁਣਾਵੇ ਹੋਏ ਕਦੀ ਕਿਸੇ ਦੀ ਸਿਫਤ ਕੀਤੀ ਜੇ ਆਪਦੇ ਪੇਜਾਂ ਤੋਂ ਕਦੀ ਅਕਾਲੀ ਦਲ ਵਾਲੇ ਹੋ ਆਪਦੇ ਪੇਜਾਂ ਤੋਂ ਕਿਸੇ ਦੀ ਸਿਫਤ ਕੀਤੀ ਜੇ ਲੋਕਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਤੋਂ ਸਿਵਾਏ ਗੰਦੇ ਹੋ ਬੰਦੇ ਹੋ ਕੁਝ ਕੀਤਾ ਜੇ ਦੁਰਲਾਣਤ ਆ ਡੁੱਬ ਕੇ ਮਰ ਜਾਓ ਤੁਸੀਂ ਜੋ ਕੁਛ ਤੁਸੀਂ ਆ ਦੋ ਚਾਰ ਦਿਨਾਂ ਦੇ ਵਿੱਚ ਕੀਤਾ ਤੁਹਾਨੂੰ ਲੋਕਾਂ ਨੇ ਕਿੰਨੀਆਂ ਲਾਹਨਤਾਂ ਪਾਈਆਂ ਮੈਂ ਕਿਸੇ ਦੇ ਵੈਸੇ ਨਿੱਜੀ ਤੌਰ ਤੇ ਖਿਲਾਫ ਨਹੀਂ ਮੈਂ ਗੱਲ ਵਿਰਸਾ ਸਿੰਘ ਬਲਟੋਆ ਦੀ ਕਰਦਾ ਕਿ ਜੇ ਵਿਰਸਾ ਸਿੰਘ ਬਲਟੋਆ ਨੂੰ ਕੱਲ ਉਹਨਾਂ ਨੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰਨ ਲਈ ਕਿਹਾ ਔਰ 10 ਸਾਲ ਲਈ ਪਾਰਟੀ ਚੋਂ ਬਾਹਰ ਕੱਢਣ ਲਈ ਕਿਹਾ ਤੇ ਤੁਸੀਂ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਿਆ ਤੁਸੀਂ ਉਹਦਾ ਅਸਤੀਫਾ ਪ੍ਰਵਾਨ ਕਰ ਰਹੇ ਅਸਤੀਫਾ ਮੰਗਿਆ ਤਾਂ ਹੈ ਹੀ ਨਹੀਂ ਜਥੇਦਾਰਾਂ ਨੇ ਜਥੇਦਾਰਾਂ ਨੇ ਤਾਂ 10 ਸਾਲ ਲਈ ਪਾਰਟੀ ਚੋਂ ਕੱਢਣ ਲਈ ਕਿਹਾ ਤੁਸੀਂ ਉਹਨਾਂ ਦਾ ਨਹੀਂ ਹੁਕਮ ਮੰਨਿਆ ਤੁਸੀਂ ਕਿਹੜੇ ਫੈਸਲੇ ਦੀ ਉਡੀਕ ਕਰਦੇ ਹੋ ਤੁਸੀਂ ਫੋਕੇ ਦਬਕੇ ਮਾਰ ਕੇ ਉਹਨਾਂ ਲੋਕਾਂ ਨੂੰ ਉਹਨਾਂ ਜਥੇਦਾਰਾਂ ਨੂੰ ਡਰਾਉਣਾ ਚਾਹੁੰਦੇ ਹੋ ਤੁਸੀਂ ਉਹਨਾਂ ਨੂੰ ਆਪਦੇ ਮਤਲਬ ਸਮਝਦੇ ਕਿ ਸਾਡੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਆ ਜੋ ਕੁਛ ਤੁਸੀਂ ਪਹਿਲਾਂ ਕਰਦੇ ਰਹੇ ਹੋ ਪਰ ਸਮਾਂ ਲੰਘ ਚੁੱਕਿਆ ਸਰਦਾਰ ਜੀ ਹੁਣ ਤੁਹਾਨੂੰ ਸਜ਼ਾਵਾਂ ਮਿਲਣਗੀਆਂ ਜੋ ਤੁਸੀਂ ਬੀਜਿਆ ਵਾ ਉਹ ਤੁਹਾਨੂੰ ਹੁਣ ਵੱਢਣਾ ਪੈਣਾ ਜੀ ਇਹਦੇ ਚ ਕੋਈ ਦੋ ਰਹਿ ਨਹੀਂ ਮੈਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਬੇਨਤੀ ਕਰਦਾ ਕੋਈ ਗੱਲ ਨਹੀਂ ਜਥੇਦਾਰ ਜੀ ਇਹਨਾਂ ਇਕੱਲੇ ਤੁਹਾਡੇ ਨਾਲ ਨਹੀਂ ਹਰੇਕ ਦੀਆਂ ਮਾਵਾਂ ਭੈਣਾਂ ਬਾਰੇ ਬਹੁਤ ਕੁਛ ਲਿਖਦੇ ਰਹੇ ਤੇ ਨਾ ਗਾਂਹ ਵੀ ਲਿਖਣਾ ਔਰ ਇੱਕ ਨਾ ਇੱਕ ਦਿਨ ਇਹ ਸਮਾਂ ਆਉਣਾ ਵਾ ਇਹ ਬੰਦੇ ਆਪਦੇ ਭਾਰਤ ਲਿਆ ਕੇ ਮਰ ਜਾਣੇ ਆ ਥੋੜੇ ਦਿਨਾਂ ਦੇ ਪ੍ਰਾਹੁਣੇ ਆਏ ਇਹ ਦੁਨੀਆਂ ਤੇ ਨਹੀਂ ਰਹਿਣਗੇ ਮੈਨੂੰ ਜੋ ਲੱਗਦਾ ਜੋ ਇਹਨਾਂ ਨੇ ਅੱਤ ਚੁੱਕਦੀ ਕਿਉਂਕਿ ਅੱਤ ਖੁਦਾ ਦਾ ਜਿਹੜਾ ਉਹ ਵੈਰ ਹੁੰਦਾ ਆ ਗੂੰਗਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰਜਿੰਦਰ ਸਿੰਘ ਧਾਮੀ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਤੁਹਾਡੀ ਸੰਸਥਾ ਦਾ ਜਥੇਦਾਰ ਹੋਵੇ ਤੇ ਤੁਹਾਡੇ ਮੇਰੇ ਮੂੰਹ ਲੱਗੇ ਸੁਣਨ ਕਿ ਤੁਹਾਡੇ ਅਕਾਲੀ ਦਲ ਦੇ ਦੱਲੇ ਸੋਸ਼ਲ ਮੀਡੀਆ ਵਾਲੇ ਉਹਨੂੰ ਕੁੜੀਆਂ ਤੱਕ ਦੀਆਂ ਗਾਲਾਂ ਕੱਢਣ ਇੱਕ ਦਮਦਮਾ ਸਾਹਿਬ ਤਖ਼ਤ ਦਾ ਜਥੇਦਾਰ ਹੋਵੇ ਉਹਨੂੰ ਦੱਲਿਆ ਤੱਕ ਕਹਿ ਦਿੱਤਾ ਜਾਵੇ ਤੁਹਾਡੇ ਮੂੰਹ ਚੋਂ ਕਿਉਂ ਨਹੀਂ ਜਵਾਨ ਨਿਕਲੀ ਤੁਹਾਡੇ ਮੂੰਹ ਚੋਂ ਕਿਉਂ ਨਹੀਂ ਕੁਝ ਬਿਆਨ ਨਿਕਲਿਆ ਕਿ ਤੁਸੀਂ ਉਹਨਾਂ ਬੰਦਿਆਂ ਨੂੰ ਲਾਹਨਤ ਪਾਓ ਕਿ ਬਈ ਸਾਡੀ ਕੌਮ ਦੇ ਜਥੇਦਾਰ ਨੇ ਸਾਡੇ ਜਥੇਦਾਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਗੰਦ ਪਾ ਕੇ ਰੱਖਤਾ ਤੁਸੀਂ ਰਲ ਮਿਲ ਕੇ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਦਾ ਧਾਮੀ ਦੇ ਹੱਥ ਚ ਪ੍ਰਬੰਧ ਆਇਆ ਔਰ ਮੈਂ ਫੇਰ ਉਹ ਗੱਲ ਕਹੂੰਗਾ ਕਿ ਖਾਣ ਪੀਣ ਵਾਲੇ ਬੰਦਿਆਂ ਦੇ ਹੱਥਾਂ ਚ ਜਦੋਂ ਦਾ ਪ੍ਰਬੰਧ ਆ ਗਿਆ ਨਾ ਬੇੜਾ ਭਾ ਕੇ ਰੱਖਤਾ ਤੁਸੀਂ ਉਹਦੇ ਅਕਾਲੀ ਦਲ ਨਾਲ ਜੁੜੋ ਉਹ ਤੁਹਾਡੇ ਨਾਲ ਕੌਣ ਜੁੜੂਗਾ ਤੁਹਾਡਾ ਅਕਾਲੀ ਦਲ ਮਿੱਤਰ ਪਿਆਰੇ ਖਤਮ ਹੋ ਚੁੱਕਿਆ ਔਰ ਮੈਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਨੂੰ ਬੇਨਤੀ ਕਰਦਾ ਦਿਲ ਨਾਲ ਜੇ ਛੱਡਿਓ ਇਹੋ ਜਿਹੇ ਗੰਦੇ ਬੰਦਿਆਂ ਦੀ ਪਰਵਾਹ ਕਰਨ ਦੀ ਲੋੜ ਨਹੀਂ ਅੱਗੇ ਲਾ ਕੇ ਭਜਾ ਦਾਂਗੇ ਇਹਨਾਂ ਨੂੰ ਅੱਗੇ ਲਾ ਕੇ ਤਕੜੇ ਹੋ ਕੇ ਕੌਮ ਦੀ ਅਗਵਾਈ ਕਰੋ ਬਹੁਤ ਵਧੀਆ ਕੀਤਾ ਤੁਸੀਂ ਇਹਨਾਂ ਦੇ ਚੁਗਲ ਚੋਂ ਨਿਕਲ ਗਏ ਜੇ ਇਹਨਾਂ ਦਾ ਕਰਕੇ ਤੁਹਾਨੂੰ ਵੀ ਲੋਕ ਦੱਬੀ ਆਵਾਜ਼ ਚ ਮਾੜਾ ਚੰਗਾ ਬੋਲਦੇ ਸੀ ਕਈ ਵਾਰ ਸਾਨੂੰ ਸੁਣਨੀਆਂ ਪੈਂਦੀਆਂ ਸੀ ਅੱਜ ਤੁਸੀਂ ਵਧੀਆ ਫੈਸਲਾ ਕੀਤਾ ਔਰ ਇਮਾਨਦਾਰ ਬੰਦੇ ਹੋ ਸਾਫ ਛਵੀ ਵਾਲੇ ਬੰਦੇ ਹੋ ਆਪਦੀ ਸਾਫ ਛਵੀ ਦਰਮਿਆਨ ਤੁਸੀਂ ਡਿਊਟੀ ਕਰਕੇ ਜਾਂ ਆਪਦੀ ਸਾਫ ਛਵੀ ਦੇ ਵਿੱਚ ਛੱਡ ਕੇ ਚਲ ਗਏ ਹੋ ਇਹੋ ਜਿਹਾ ਬੰਦਾ ਬਹੁਤ ਘੱਟ ਹੈ ਹੋਰ ਵੀ ਕਈ ਜਥੇਦਾਰ ਬਦਲੇ ਆ ਨਿਕਲ ਕੇ ਗਏ ਆ ਕੀ ਕੁਛ ਉਹਨਾਂ ਨਾਲ ਹੋਇਆ ਸੋ ਇਹ ਗੱਲ ਮੰਨਦੇ ਹੋ ਲੋਕ ਕਿ ਗਿਆਨੀ ਹਰਪ੍ਰੀਤ ਸਿੰਘ ਵਰਗਾ ਜਥੇਦਾਰ ਕੋਈ ਨਹੀਂ ਹੈਗਾ ਸੋ ਇਹਨਾਂ ਦੱਲੇ ਬੰਦਿਆਂ ਦੀ ਪ੍ਰਵਾਹ ਨਾ ਕਰਿਓ ਇਹ ਦੇਖੋ ਇੱਥੋਂ ਤੱਕ ਗਿਰ ਗਏ ਕਿ ਕੌਮ ਦੇ ਜਥੇਦਾਰ ਨੂੰ ਦੱਲੇ ਕਹਿਣ ਲੱਗ ਪਏ ਇਹ ਦੱਲੇ ਕੌਮ ਦੇ ਜਥੇਦਾਰ ਨੂੰ ਦੱਲੇ ਕਹਿਣ ਲੱਗ ਪਏ ਸੋ ਜਥੇਦਾਰ ਸਾਹਿਬ ਪ੍ਰਵਾਹ ਨਾ ਕਰਿਓ ਸਾਰਾ ਪੰਥ ਤੁਹਾਡੇ ਨਾਲ ਆ ਤਕੜੇ ਹੋ ਕੇ ਤੁਸੀਂ ਕੌਮ ਦੀ ਸੇਵਾ ਕਰੋ ਇਹ ਮਾਮੇ ਨਹੀਂ ਲੱਗਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੋੜੇ ਦਿਨਾਂ ਦੀ ਪ੍ਰਾਹੁਣੀ ਆ ਹੁਣ ਵੀ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਕਿੱਧਰ ਨੂੰ ਰੰਗ ਬਦਲ ਜਾਣੇ ਆ ਇਹ ਥੋੜੇ ਦਿਨਾਂ ਦੇ ਪ੍ਰਾਹੁਣੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਇਹਨਾਂ ਕੋਲ ਜਾਣ ਵਾਲੀ ਗੱਲ ਜਾਣ ਵਾਲੀ ਆ ਤਿਆਰੀ ਆ ਔਰ ਇਹਨਾਂ ਤੋਂ ਇੱਕ ਇੱਕ ਰੁਪਈਏ ਦਾ ਇੱਕ ਇੱਕ ਪੈਸੇ ਦਾ ਲੇਖਾ ਜੋਖਾ ਲਵਾਂਗੇ ਜਿਹੜੇ ਆ ਸੋਸ਼ਲ ਮੀਡੀਏ ਤਨਖਾਹਾਂ ਉੱਥੋਂ ਲੈ ਲੈ ਕੇ ਚੱਲਣ ਦੇ ਨਾ ਸਾਰਾ ਹਿਸਾਬ ਕਿਤਾਬ ਇਹਨਾਂ ਤੋਂ ਲਵਾਂਗੇ ਕਿ ਪੈਸਾ ਗੁਰੂ ਘਰ ਦਾ ਤੇ ਗਾਲਾਂ
ਪੋਲੀਟੀਕਲ ਬੰਦਿਆਂ ਨੂੰ ਸਾਰਾ ਦਿਨ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਣ ਵਾਲੇ ਔਰ ਇਹ ਸਭ ਤੋਂ ਗੰਦੇ ਬੰਦੇ ਜਿਹੜੇ ਜਾਤਾਂ ਪਾਤਾਂ ਪਰਖਦੇ ਮੈਂ ਇਹਨਾਂ ਬੰਦਿਆਂ ਨੂੰ ਗੰਦੇ ਬੰਦੇ ਸਮਝਦਾ ਕਿ ਕਾਹਦੀ ਜਾਤ ਪਾਤ ਆ ਯਾਰ ਸਾਨੂੰ ਤੇ ਗੁਰੂ ਸਾਹਿਬ ਨੇ ਤੇ ਕਿਹਾ ਵਾ ਕਿ ਕੁਦਰਤ ਕੇ ਸਭ ਬੰਦੇ ਉਸ ਬੰਦੇ ਕੁਦਰਤ ਦੇ ਬਣਾਏ ਸਾਰੇ ਬੰਦੇ ਆ ਇਹਨਾਂ ਥੱਲੇ ਜਾਤਾਂ ਪਾਤਾਂ ਚ ਮੰਡੀਆਂ ਪਾ ਕੇ ਰੱਖਤੀਆਂ ਸੋ ਇਸ ਕਰਕੇ ਕਿਸੇ ਦੀ ਪਰਵਾਹ ਨਾ ਕਰਿਓ ਤਗੜੇ ਹੋ ਕੇ ਰਹਿਓ ਸਾਰੀ ਕੌਮ ਤੁਹਾਡੇ ਨਾਲ ਅਸੀਂ ਸਮੁੱਚੇ ਸਾਰੇ ਭੈਣ ਭਰਾ ਜਿੰਨੇ ਵੀ ਆ ਸਾਰੇ ਤੁਹਾਡੇ ਨਾਲ ਆ ਬਹੁਤ ਬਹੁਤ ਧੰਨਵਾਦ।